ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ। ਤੀਸਰੇ ਦਰਜੇ ਖਚਾ ਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਅਤੇ ਮਿੰਨਤਾਂ ਕੀਤੀਆਂ, ਪਰ ਅੰਦਰਲਿਆਂ ਨੇ ਝਾੜ ਛੱਡਿਆ, ਕੋਈ ਥਾਂ ਨਹੀਂ ਹੈ ਜੀ। ਉਹ ਨਿੰਮੂ ਝੋਣਾ ਹੋਇਆ ਹਿੱਲਣ ਹੀ ਲੱਗਾ ਸੀ। ਅੰਦਰੋਂ ਕਿਸੇ ਆਖਿਆ, ਥਾਂ ਕਿਉਂ ਨਹੀਂ, ਤੁਸੀਂ ਆਓ ਜੀ। ਇਹ ਕੋਈ ਫੌਜੀ ਵਰਦੀ ਵਿੱਚ ਸਨ ਅਤੇ ਇਹਨਾਂ ਨਾਲ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਣ ਅੰਦਰ ਧੁੱਸ ਦੇ ਕੇ ਇਹਨਾਂ ਦੇ ਕੋਲ ਜਾ ਖਲੋਤਾ। ਇੱਕ ਦੋ ਮਿੰਟਾਂ ਬਾਅਦ ਉਹਨਾਂ ਆਖਿਆ, ਉਸ ਅਖੀਰਲੀ ਸੀਟ 'ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ 'ਤੇ ਉੱਤਰ ਜਾਣਾ ਹੈ, ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ। ਪਹੁੰਚਣਾ ਹੀ ਤਾਂ ਮੁਸ਼ਕਲ ਹੈ, ਉਸਨੇ ਆਖਿਆ। ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਹਾਂ। ਅਤੇ ਉਹਨਾਂ ਨੇ ਆਪਣਾ ਪਾਸਾ ਜ਼ਰਾ ਕੁ ਚੁੱਕ ਕੇ ਉਹਨੂੰ ਬੰਚਾਂ ਦੀ ਵਿਚਕਾਰਲੀ ਢੋ 'ਤੇ ਖੜਾ ਕਰ ਦਿੱਤਾ। ਉੱਤੋਂ ਛੱਤ ਨੂੰ ਹੱਥ ਪਾ ਲਓ ਅਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉਣ ਲਈ ਉਹਨਾਂ ਆਖਿਆ, ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਉਣ ਲੱਗੇ ਹਨ, ਜ਼ਰਾ ਸੰਭਲ ਜਾਓ, ਮਤੇ ਇਹਨਾਂ ਹੇਠਾਂ ਕੋਈ ਬੰਦਾ ਪੀਸਿਆ ਜਾਏ। ਭਾਰੇ ਸਰੀਰ ਵੱਲ ਵੇਖ ਕੇ ਸਵਾਰੀਆਂ ਹੱਸੀਆਂ ਅਤੇ ਸਭ ਨੇ ਢੋ ਨਾਲੋਂ ਪਿੱਠਾਂ ਪਰਾਂ ਕਰ ਲਈਆਂ। ਉਹ ਦੂਜੇ ਸਿਰੇ ਪਹੁੰਚ ਗਿਆ ਅਤੇ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ, ਉਹ ਆਰਾਮ ਨਾਲ ਬਹਿ ਗਿਆ ਅਤੇ ਸ਼ੁਕਰੀਏ ਵਿੱਚ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ। ਉਹ ਸਟੇਸ਼ਨ 'ਤੇ ਉਤਰਿਆ ਤਾਂ ਇੱਕੋ ਸੀ, ਪਰ ਚੜ੍ਹਨ ਵਾਲੇ ਦੋ ਆ ਗਏ। ਬੂਹੀ ਅੱਗੇ ਖਲੋਤੇ ਸਿਪਾਹੀਆਂ ਨੇ ਝਿੜਕ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ। ਮੇਜਰ ਸਾਹਿਬ ਨੇ ਫਿਰ ਆਖਿਆ, ਆ ਜਾਣ ਦਿਓ, ਪਰ ਕੋਠਾ ਇਹਨਾਂ ਨੂੰ ਸਬਾਬ ਲਈ ਚਾਹੀਦਾ ਏ, ਉਹ ਕਿੱਥੇ ਧਰਾਂਗੇ, ਸਿਪਾਹੀਆਂ ਨੇ ਆਖਿਆ। ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲ੍ਹਿਆ, ਬੜੀ ਮਹਿਕ ਆਈ, ਸਵਾਰੀਆਂ ਨੱਕ ਕੱਜ ਲਏ, ਪਰ ਮੇਜਰ ਸਾਹਿਬ ਉੱਠੇ, ਮੈਂ ਇੱਕ ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ, ਤੁਸੀਂ ਸਮਾਨ ਅੰਦਰ ਧਰਨ ਦੀ ਕਰੋ। ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਟੱਟੀ ਵਿੱਚ ਗਿਆ, ਦੂਜੇ ਨੇ ਸਬਾਬ ਨੂੰ ਹੱਥ ਪਵਾਇਆ। ਟੱਟੀ ਸਾਫ਼ ਹੁੰਦੀ ਰਹੀ, ਮੇਜਰ ਸਾਹਿਬ ਹੱਸਦੇ ਰਹੇ। ਭਾਈ ਮੈਂ ਤੁਹਾਥੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ, ਮੈਂ ਉਹਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਸੀ, ਖੂਹ ਪਾਣੀ ਡੋਲੀ, ਵੇਖੀ ਜ਼ਰਾ ਬੋ ਨਾ ਰਹੇ। ਟੱਟੀ ਸਾਫ਼ ਹੋ ਗਈ, ਅਸਬਾਬ ਉਹਦੇ ਵਿੱਚ ਚਿਣ ਦਿੱਤਾ ਗਿਆ, ਸਾਰੇ ਡੱਬੇ ਦੀ ਫਿਜ਼ਾ ਬਦਲ ਗਈ। ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ, ਬੜਾ ਹਸਮੁੱਖ, ਸਭ ਅੱਖਾਂ ਉਸੇ ਵੱਲ ਭੌਂ ਗਈਆਂ। ਅਗਲੇ ਸਟੇਸ਼ਨ 'ਤੇ ਸਕੰਜਵੀਂ ਵੇਚਣ ਵਾਲਾ ਆਇਆ, ਆਉਂਦਾ ਸੀ ਠੰਡੇ ਮਿੱਠੇ ਗਲਾਸ, ਆਨੇ ਆਨੇ ਗਲਾਸ, ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਸਨ। ਵੇਖ ਭਾਈ ਬੰਤਾ ਸਿਆਂ, ਠੰਡੇ ਮਿੱਠੇ ਐਣਵੀਂ, ਦੋਹਾਂ ਸਿਪਾਹੀਆਂ ਨੂੰ ਗਲਾਸ ਦਵਾ ਦਿੱਤੇ। ਭੀੜ ਬਹੁਤ ਸੀ, ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ। ਫੜਾਈ ਬੰਤਾ ਸਿਆਂ, ਉਹਨਾਂ ਭਾਈ ਜੀ ਨੂੰ ਵੀ, ਹੋ ਲਾਲਾ ਜੀ ਵੀ ਬੁੱਲ ਪਏ ਚੂਸਦੇ ਨੇ, ਉਸ ਕਾਕੇ ਨੂੰ ਵੀ ਦਈ। 19 ਗਲਾਸ ਪਿਆਏ ਗਏ। ਗੱਡੀ ਤੁਰਨ ਵਾਲੀ ਸੀ, ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ। ਲੈ ਭਾਈ ਤੂੰ ਤੇ ਜਾ, 25 ਰੁਪਈਆ ਉਹਦੇ ਹੱਥ ਫੜਾ, ਮੇਜਰ ਸਾਹਿਬ ਨੇ ਆਖਿਆ, ਮੈਂ ਇਹਨਾਂ ਕੋਲੋਂ ਆਪੇ ਗਰਾ ਲਵਾਂਗਾ। ਸਵਾਰੀਆਂ ਦੇ ਦਿਲਾਂ ਵਿੱਚ ਹੱਸੂ ਹੱਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ। ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਥੀ ਘੱਲਣੇ ਸ਼ੁਰੂ ਕਰ ਦਿੱਤੇ, ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ, ਆਨਾ ਆਨਾ ਮੈਂ ਨਹੀਂ ਲੈਣਾ, ਜੇ ਦੇਣਾ ਹੈ ਤਾਂ ਨੋਟ ਨਾਟ ਪਾਓ, ਮੇਰਾ ਕੁਛ ਬਣੇ ਵੀ, ਮੈਂ ਵੀ ਛੁੱਟੀ ਘਰ ਜਾ ਰਿਹਾ ਹਾਂ। ਸਭ ਦੇ ਆਨੇ ਮੁੜ ਗਏ ਅਤੇ ਲੋਕ ਉਸ ਭਖਦੇ ਦਿਲ ਵਾਲੇ ਅਫਸਰ ਕੋਲੋਂ ਝੜਦੇ ਚੰਗਿਆੜਿਆਂ ਵਿੱਚ ਮਸਤ ਹੋ ਗਏ। ਇੰਨੇ ਨੂੰ ਕਿਸੇ ਨੇ ਤੰਬਾਕੂ ਪੀਣਾ ਚਾਹਿਆ, ਨਾਲ ਦੇ ਨੇ ਆਖਿਆ, ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ। ਮੇਜਰ ਸਾਹਿਬ ਨੇ ਸੁਣ ਲਿਆ ਅਤੇ ਹੱਸ ਕੇ ਬੋਲੇ, ਪੀਣਾ ਕਿਉਂ ਨਹੀਂ, ਬੇਸ਼ੱਕ ਪੀਓ, ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ। ਕਿਸੇ ਨੇ ਪੁੱਛਿਆ, ਵਧੀਆ ਨਾਲ ਕੀ ਫਰਕ ਪੈ ਜਾਏਗਾ? ਵਧੀਆ ਸਿਗਰਟਾਂ ਦਾ ਧੂੰਆਂ ਤਾਂ ਕਈ ਵਾਰ ਸਾਡੇ ਅੰਗਰੇਜ਼ ਅਫਸਰਾਂ ਸਾਡੇ ਮੂੰਹ 'ਤੇ ਮਾਰਿਆ, ਉਸ ਧੂੰਏ ਦੀ ਸਾਨੂੰ ਆਦਤ ਹੈ। ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ, ਉਹ ਬੀੜੀ ਪੀਣ ਵਾਲਾ ਸੀ, ਸ਼ਰਮਾ ਗਿਆ, ਕਹਿਣ ਲੱਗਾ ਮੈਂ ਨਹੀਂ ਪੀਂਦਾ। ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ, ਬੀੜੀ ਦਾ ਧੂੰਆਂ ਤੂੰ ਬਾਰੀ 'ਚੋਂ ਬਾਹਰ ਸੁੱਟ ਦਈ, ਨਾ ਸਾਡੇ ਵੱਲ ਮਾਰੀ, ਪਰ ਪਈ ਪੀ ਜ਼ਰੂਰ। ਅਤੇ ਆਖ ਵੇਖ ਕੇ ਉਹਨੂੰ ਸੂਟਾ ਲਵਾ ਹੀ ਦਿੱਤਾ। ਅਗਲੇ ਸਟੇਸ਼ਨ 'ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਅਤੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ? ਮੈਂ ਕੀ ਲੈਣਾ ਸੀ ਪੇ ਮਰਿਆਂ ਦੇ ਡੱਬੇ ਵਿੱਚ? ਕੋਈ ਅਖਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ, ਕੋਈ ਕੋਈ ਸਿਗਰਟ ਦੇ ਧੂੰਏ ਵਾਲੀ ਵੇਖੀ ਜਾ ਰਿਹਾ ਸੀ, ਮੈਂ ਇੱਥੇ ਆ ਗਿਆ, ਇੱਥੇ ਸਭ ਦੇ ਪੇ ਜਿਉਂਦੇ ਜਾਪਦੇ ਨੇ। ਫਿਰ ਮੈਂ ਤੁਹਾਡੀ ਸੀਟ 'ਤੇ ਬਹਾਂ,
समान का ध्यान रखांगा। ना बई ना, उत्थे तां मेरा जानशीं बैठा ही। वह कौन साहिब? तुरदी गड्डी दे जंगले नाल कोई लट गया सी। मैनू डर लगा कि डिग डिगा के मर जाएगा, फिर गवाहियां भुगतनियां पैणगियां। मैं उन्हूं अंदर वाड़ लिया। अगले स्टेशन ते मैं उन्हूं आख्या किसी होर डब्बे में चला जा, पर वह मेरे पैरी पै गया। जी मैनू किसी थां नहीं देनी। मैं अपनी टिकट उहदे नाल वटा के इत्थे आ गया। बंता सिंह होरी इत्थे बैठे सन। सुन के सवारियां दंग रह गईयां, पर उस भले सरदार ने किसी नूं अपनी तारीफ ना करन दित्ती। जिहड़ा कोई शुरू करे कोई होर ही गल अपने कोलों वाह के उहनूं चुप करा देवे। अगले स्टेशन ते मेजर साहब ने लै जाणा सी। उहनां कोलों नालदियां ने ना पता पुछिया। उह सिपाहियां नाल उहनां दा असबाब इकट्ठा कर लग पए। सबाब दा युद्ध मुका लईए, फिर मैं तुहानूं अपना सारा पता लिख देंगा। स्टेशन आया, कुलियां ते सवारियां दा रौला पै गया ते मेजर साहब सब नूं हथ जोड़दे ते इह कहिंदे काली काली गड्डियों उतर गए। मैं अपना निक सुक भी पे मरिया दे डब्बे चों इकट्ठा करना है, ऐतकी माफ़ी दे दिओ। जे फिर इहो जिहा मौका मिल गया तां पूरा पता नोट करा देंगा। आ गए सारे डब्बे चों रूह निकल गई, डब्बा भां भां कर लग्या।